मार्केट प्राइस 2000 750 ਦਾ ਕਿਉਂ ਆਪਾਂ ਦਾ ਰੇਟ 650 ਕਰਦਾ ਫੁੱਟੇ ਸ਼ਾਵਰ ਸਾਡੇ ਕੋਲ 450 ਰੁਪਏ ਦਾ ਮਿਲੂਗਾ ਮਾਰਕੀਟ ਹੈ ਤੁਹਾਨੂੰ 1000 ਰੁਪਏ ਤੋਂ ਘੱਟ ਨਹੀਂ ਮਿਲੇਗਾ ਕਿਤੇ ਵੀ ਟਰਾਈ ਕਰ ਲਓ ਇਸ ਤੋਂ ਬਾਅਦ ਵੱਡਾ ਸਾਈਜ਼ ਮਿਲ ਜਾਏਗਾ ਸਾਡੇ ਕੋਲ ਇਹ ਮਾਰਕੀਟ ਤੁਹਾਨੂੰ 2000-2500 ਤੋਂ ਘੱਟ ਨਹੀਂ ਮਿਲੇਗਾ ਅਸੀਂ ਦਵਾਂਗੇ 950 ਰੁਪਏ ਦਾ ਇਹ ਭਾਜੀ ਬਹੁਤ ਵਧੀਆ ਸ਼ਾਵਰ ਹੈ ਪੁਸ਼ ਬਟਨ ਵਾਲਾ ਸ਼ਾਵਰ ਹੈ ਮਲਟੀ ਫਲੋ ਸ਼ਾਵਰ ਹੈ ਨਾਲੇ ਇਹਦਾ ਪ੍ਰਾਈਸ ਅਸੀਂ ਕੱਢਿਆ ਜੀ 650 ਰੁਪਏ ਜੈਗੋਆਰ ਦੇ ਮਿਲ ਜਾਂਦੇ ਆਪਣੇ ਕੋਲ 1800-2200 ਰੁਪਏ बंगले है लाइया जिन्हां नूं बहुत शौक हुंदे आ बहुत अच्छी डिमांड रही सानू इन्हां दी मतलब जिहड़ी जिहड़ी एक्सेसरी हैगी आ इह कितना हैगी आ इह भाजी एक्सेसरी सारी अलग है असीं उहदा डिस्प्ले कीता है जो जो तुसीं कस्टमर नूं पसंद आ आपां एक्सेसरी दईए इहदे नाल नाल जिद्दां हुण इह गोल्डन कॉर्नरस ने इह तुसीं सेपरेट आ सारा एक्सेसरी सारी सेपरेट ਤੁਸੀਂ ਆਪਣੇ ਜਿਹੜੇ ਬਾਥਰੂਮਾਂ ਤੇ 2-2 ਲੱਖ ਰੁਪਇਆ ਲਾਉਣੇ ਹੋ ਤਿਆਰ ਕਰਾਉਣ ਲਈ ਜਿਹਦੇ ਵਿੱਚ ਸੀਟ ਸਿੰਕ ਸ਼ਾਵਰ ਸਾਰਾ ਐਕਸੈਸਰੀ ਪਾ ਕੇ ਉਹ 50,000 ਰੁਪਏ ਦੇ ਵਿੱਚ ਕਰ ਦਿੰਦੇ ਆ ਤੁਹਾਡਾ ਇੱਕ ਬਾਥਰੂਮ ਪਿੱਛੇ 1.5 ਲੱਖ ਰੁਪਇਆ ਇਹ ਬਚਾਉਂਦੇ ਆ ਵੀਡੀਓ ਨੂੰ ਐਂਡ ਤੱਕ ਦੇਖਿਓ ਜਲੰਧਰ ਦੇ ਪ੍ਰਤਾਪ ਬਾਗ ਦੇ ਵਿੱਚ ਜਾ ਰਹੇ ਆ ਉੱਥੇ ਤੁਹਾਨੂੰ ਦਿਖਾਵਾਂਗੇ ਲਗਜ਼ਰੀ ਚੀਜ਼ਾਂ ਕਰਾਵਾਂਗੇ ਤੁਹਾਡੇ ਵੱਡੇ ਫਾਇਦੇ ਆਓ ਚਲੀਏ ਤੁਸੀਂ ਆਪਣੇ ਜਿਹੜੇ ਬਾਥਰੂਮਾਂ ਤੇ 2-2 ਲੱਖ ਰੁਪਇਆ ਲਾਉਣੇ ਹੋ ਤਿਆਰ ਕਰਾਉਣ ਲਈ ਜਿਹਦੇ ਵਿੱਚ ਸੀਟ ਸਿੰਕ ਸ਼ਾਵਰ ਸਾਰਾ ਐਕਸੈਸਰੀ ਪਾ ਕੇ ਉਹ 50,000 ਰੁਪਏ ਦੇ ਵਿੱਚ ਕਰ ਦਿੰਦੇ ਆ ਤੁਹਾਡਾ ਇੱਕ ਬਾਥਰੂਮ ਪਿੱਛੇ 1.5 ਲੱਖ ਰੁਪਇਆ ਇਹ ਬਚਾਉਂਦੇ ਆ ਇਹ ਵੀਰ ਸਾਡਾ ਨੌਜਵਾਨ ਹੈਗਾ ਇਸ ਟ੍ਰੇਡ ਦੇ ਵਿੱਚ ਤੇ ਬੜੀ ਬਵਾਕੀ ਤੇ ਦਲੇਰੀ ਨਾਲ ਕੰਮ ਕਰ ਰਿਹਾ ਤੁਹਾਡੇ ਜਿਹੜੇ ਫੁਹਾਰੇ ਆ ਨਾ ਇਹ ਸ਼ਾਵਰ ਆ ਇਹ ਬੜੀ ਚਰਚਾ ਦਾ ਵਿਸ਼ਾ ਬਣਿਆ ਮੈਨੂੰ ਤਾਂ ਲੋਕਾਂ ਦੇ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਵੀ ਫੋਨ ਆਏ ਉਹ ਕਹਿੰਦੇ ਵੀ ਇਹ ਬੜੀਆਂ ਡਿਜ਼ਾਈਨਰ ਦੀਆਂ ਚੀਜ਼ਾਂ ਕੋਈ ਬਾਹਰੋਂ NRI-ਆਂ ਦੇ ਕਾਲਸ ਆਈਆਂ ਬਿਲਕੁਲ ਭਾਅ ਜੀ ਬਹੁਤ ਕਾਲਸ ਆਈਆਂ ਸਾਨੂੰ ਇਟਲੀ ਤੋਂ ਫਰਾਂਸ ਤੋਂ ਜਰਮਨੀ USA ਤੋਂ ਕੈਨੇਡਾ ਤੋਂ ਮਤਲਬ ਹਰ ਕੰਟਰੀ 'ਚ ਸਾਨੂੰ ਕਾਲਸ ਆਈਆਂ ਕਿ ਤੁਹਾਡੀ ਡਿਜ਼ਾਈਨਿੰਗ ਬਹੁਤ ਵਧੀਆ ਸਾਡੇ ਕੋਲ ਪ੍ਰਾਈਜ਼ ਸਾਨੂੰ ਹਰ ਚੀਜ਼ ਦੇ ਆਪਾਂ ਮੈਂਸ਼ਨ ਕੀਤੇ ਆ ਦੇਖੋ ਜਿੱਦਾਂ ਕਿ ਆਪਾਂ ਪਿਛਲੀ ਵਾਰੀ ਇਹਦਾ ਵੀ ਪ੍ਰਾਈਜ਼ ਮੈਂਸ਼ਨ ਕੀਤਾ ਜੀ ਇਹ ਮਾਰਕੀਟ ਪ੍ਰਾਈਜ਼ 2000 ਹੈ ਸਾਡੇ ਕੋਲ 750 ਦਾ ਅਤੇ ਹੁਣ ਆਪਾਂ ਦਾ ਰੇਟ 650 ਕਰਦਾ ਜਿੱਥੇ ਮਰਜ਼ੀ ਟਰਾਈ ਕਰ ਲਓ ਨਵਾਂ ਰੇਟ ਦਾ 650 ਉਹ ਡਿਸਕਾਊਂਟ ਛੋਟੇ ਸ਼ਾਵਰ ਸਾਡੇ ਕੋਲ 450 ਰੁਪਏ ਦਾ ਮਿਲੂਗਾ ਮਾਰਕੀਟ ਹੈ ਤੁਹਾਨੂੰ 1000 ਰੁਪਏ ਤੋਂ ਘੱਟ ਨਹੀਂ ਮਿਲੇਗਾ ਕਿਤੇ ਵੀ ਟਰਾਈ ਕਰ ਲਓ ਇਸ ਤੋਂ ਬਾਅਦ ਵੱਡਾ ਸਾਈਜ਼ ਮਿਲ ਜਾਏਗਾ ਸਾਡੇ ਕੋਲ ਮਾਰਕੀਟ ਤੁਹਾਨੂੰ 2000-2500 ਤੋਂ ਘੱਟ ਨਹੀਂ ਮਿਲੇਗਾ ਅਸੀਂ ਦੇਵਾਂਗੇ 950 ਰੁਪਏ ਦਾ ਸੋ ਤੁਸੀਂ ਕਦੇ ਨਹੀਂ ਸੁਣਿਆ ਹੋਣਾ ਨਾ ਕਦੇ ਫੀਲਿੰਗ ਲਈ ਹੋਣੀ ਵੀ ਇਦਾਂ ਦੇ ਲਗਜ਼ਰੀ ਸ਼ਾਵਰ ਤੁਸੀਂ ਆਪਣੇ ਘਰਾਂ 'ਚ ਲਗਾ ਸਕੋਗੇ ਇਹ ਤੁਸੀਂ ਦੇਖੋ ਵੀ ਕਿੱਡੀ ਵੱਡੀ ਗੱਲ ਆ ਮਾਰਕੀਟ ਦੇ ਵਿੱਚ ਮਿਲਦਾ ਤੁਹਾਨੂੰ 2000 ਰੁਪਏ ਦਾ ਸ਼ਾਵਰ ਤੁਸੀਂ ਗੁਰਮੀਤ ਟ੍ਰੇਡਿੰਗ ਕੰਪਨੀ ਦੋਨਾਂ ਤੁਹਾਨੂੰ 650 ਦੇ ਵਿੱਚ ਮਿਲਣਾ ਸਾਡਾ ਮਕਸਦ ਇਹ ਆ ਵੀ ਤੁਹਾਡੇ ਫਾਇਦੇ ਕਰੀਏ ਜਿਹੜੇ ਚੰਗੇ ਦੁਕਾਨਦਾਰ ਆ ਉਹਨਾਂ ਕੋਲ ਅਸੀਂ ਜਾਂਦੇ ਹਾਂ ਅਤੇ ਸ਼ਾਵਰਾਂ ਦੇ ਵਿੱਚ ਵੀ ਕਾਫੀ ਪ੍ਰਾਈਜ਼ ਆ ਸੋ ਇਹ ਇਹਦੇ ਸੇਮ ਪ੍ਰਾਈਜ਼ ਆ ਜਿਵੇਂ ਆਹ ਤੁਸੀਂ 450 ਦੱਸਿਆ ਸਾਰੇ ਸਾਰੇ ਪ੍ਰਾਈਜ਼ ਸੇਮ ਆ ਇਹਨਾਂ ਦੇ ਜਿਹੜੇ ਆਹ ਸਾਈਜ਼ ਆ ਨਾ ਇਹ ਸਾਈਜ਼ 'ਚ ਸਾਰੇ ਸੇਮ ਪ੍ਰਾਈਜ਼ ਹੈ ਇਹ ਸਾਈਜ਼ 'ਚ ਸਾਰੇ ਸੇਮ ਹੈ ਮਤਲਬ ਜੀ ਆਹ ਜਿਹੜਾ ਜਿਹੜਾ ਆਹ ਸ਼ਾਵਰ ਆ ਨਾ ਇਹਦੀ ਬੜੀ ਡਿਮਾਂਡ ਆਈ ਇੱਕ ਤਾਂ ਇਹ ਫੋਨ ਦੇ ਵਿੱਚ ਹੈਗਾ ਇੱਕ ਗੋਲਡ ਐਕਸ ਇੱਕ ਵੱਡਾ ਬ੍ਰਾਂਡ ਹੈਗਾ ਨਾ ਇਹ ਕਾਫੀ ਪਸੰਦ ਕੀਤਾ ਹੈ ਬੱਚਿਆਂ ਨੇ ਵੀ ਵਧੀਆ ਹੁੰਦਾ ਵਾਸ਼ਰੂਮ ਦੇ ਵਿੱਚ ਹੈ ਨਾ ਅਤੇ ਇਹਦਾ ਕੀ ਪ੍ਰਾਈਜ਼ ਆ ਅਤੇ ਕਿੱਦਾਂ ਦਾ ਇਹਦਾ ਰਿਸਪੋਂਸ ਰਿਹਾ ਇਹ ਭਾਜੀ ਬਹੁਤ ਵਧੀਆ ਸ਼ਾਵਰ ਹੈ ਪੁਸ਼ ਬਟਨ ਵਾਲਾ ਸ਼ਾਵਰ ਹੈ ਮਲਟੀ ਫਲੋ ਸ਼ਾਵਰ ਹੈ ਨਾਲੇ ਇਹਦਾ ਪ੍ਰਾਈਜ਼ ਅਸੀਂ ਕੱਢਿਆ ਜੀ 650 ਰੁਪਏ ਜੀ ਆਪਾਂ ਕੰਪਲੀਟ ਸੈੱਟ ਦੇਵਾਂਗੇ ਨਾਲ ਪਾਈਪ ਲਾਸਟ ਪ੍ਰਾਈਜ਼ ਪਹਿਲੇ ਸੀਗਾ ਇਹਦਾ 750 ਇਹ ਵੀ ਤੁਸੀਂ 650 ਦਾ ਦੇਵਾਂਗੇ ਇਹ ਵੀ ਤੁਸੀਂ ਚੈੱਕ ਕਰ ਲਓ ਵੀ ਇਹ ਗੋਲਡ ਐਕਸ ਕੰਪਨੀ ਹੈਗੀ ਆ 2000 ਤੋਂ ਘੱਟ ਤੁਹਾਨੂੰ ਨਹੀਂ ਮਿਲਣਾ 750 ਨਹੀਂ ਵੇਚਿਆ ਅੱਜ ਅਸੀਂ ਰਿਕੁਐਸਟ ਕੀਤੀ ਸੀ ਕਿ ਅੱਜ ਹੋਰ ਦਿਲ ਦਰਿਆ ਕਰ ਦਿਓ ਵੀ ਐਤਕੀਆਂ ਚੀਕਾਂ ਕਢਾ ਦਿਓ ਰੇਟਾਂ ਦੀਆਂ 650 ਦਾ ਤੁਹਾਨੂੰ ਇਹ ਦੇਣਾ ਆ ਦੇਖੋ ਡਿਜ਼ਾਈਨ ਕਿੰਨੇ ਸੋਹਣੇ ਆ ਆਹ ਵੀ ਕਿੰਨੇ ਸੋਹਣੇ ਆ ਤੁਸੀਂ ਆਪਣੇ ਬੱਚਿਆਂ ਦੇ ਲਈ ਉਹਨਾਂ ਨੂੰ ਹੈਪੀ ਕਰਨ ਦੇ ਲਈ ਇੱਦਾਂ ਦੀ ਅਸੈਸਰੀ ਵੀ ਲਵਾ ਸਕਦੇ ਹਾਂ ਭਾਅ ਜੀ ਮੈਨੂੰ ਆਹ ਵੀ ਦਿਖਾਓ ਨਾ ਅਡਵਾਈਟਰ ਹੋ ਗਏ ਆਹ ਟੈਪ ਹੋ ਗਈਆਂ ਇਹ ਵੀ ਬਹੁਤ ਸੋਹਣੀਆਂ ਸੋਹਣੀਆਂ ਹਾਂਜੀ ਹਾਂਜੀ ਇਹ ਸਾਰੇ ਸਪਾਊਟ ਨੇ ਟਿਪ ਟੋਪ ਸਪਾਊਟ ਕਹਿੰਦੇ ਇਹ ਜੈਗੋਆਰ ਦੇ ਡਿਵਰਟਰਸ ਹੋ ਗਏ ਉਸ ਤੋਂ ਬਾਅਦ ਮਿਕਸਚਰ ਹੋ ਗਏ ਸ਼ਾਵਰ ਜੈਗੋਆਰ ਦੇ ਮਿਲ ਜਾਂਦੇ ਆਪਣੇ ਕੋਲ ਭਾਜੀ ਆਹ ਵੀ ਜਿਹੜੇ ਬੜੇ ਸੋਹਣੇ ਆ ਸਿੰਕ ਦੇ ਉੱਤੇ ਕਿਸੇ ਨੇ ਛੋਟਾ ਲੈਣਾ ਸਾਈਜ਼ ਡਿਜ਼ਾਈਨ ਕਿਸੇ ਨੇ ਵੱਡਾ ਲੈਣਾ ਰਾਊਂਡ ਦੇ ਵਿੱਚ ਆ ਹੋਰ ਇੱਕ ਕਾਫੀ ਤੁਹਾਡੇ ਕੋਲ ਕੁਆਲਿਟੀ ਵਰਾਈਟੀ ਬਹੁਤ ਜ਼ਿਆਦਾ ਆ ਭਾਜੀ ਬਹੁਤ ਵਰਾਈਟੀ ਆਪਣੇ ਕੋਲ ਇਹਦੇ ਸਾਡੇ ਕੋਲ ਸਟਾਰਟਿੰਗ ਰੇਂਜ ਤਕਰੀਬਨ ਇੱਧਰ ਸਾਡੇ ਕੋਲ ਸ਼ੁਰੂ ਹੁੰਦੀ ਹੈ ਸਟਾਰਟਿੰਗ ਰੇਂਜ ਅਸੀਂ ਦੇਵਾਂਗੇ ਜੀ 1800 ਰੁਪਇਆ ਇਹਦੇ 'ਚ 1800-2200 ਰੁਪਏ
स्टार्टिंग मॉडल है साढ़े को कलर बहुत सोहने सोहने ये हूँ ही आए लेटेस्ट मॉडल। सो पिछली बार भी असी सानू बहुत बरीकी दे नाल आ जड़े है थानू दस्या सी गोल्ड एक्स गोल्ड कलर दे विच ब्लैक दे विच ते इह तां जड़े महंगे महंगे तुहाडे घर हैगे आ तुहाडे मकान हैगे आ बंगले हैगे आ उहनां दे विच लोकां लाईआं जिन्हां नू बहुत शौक हुंदे आ पर बाहर ने तुसी होर दुकानां ते जाने आ कोई तुहानू 20,000 कोई 25,000 रुपए दे ये सेल करदे पर ये भी तुहानू फ्री दे भाव कौडियां दे भाव तों दे रहे आ। भाजी इहदा रेट दुबारा रिपीट कर दिओ की प्राइस ते तुसी ये दे रहे आ? ये भाजी आपां जिद्दां इह वाला असी मिक्सर दे रहे मार्केट प्राइस हैगा इहदा 14,000 असी तुहानू ये 3,300 रुपए दा देवांगे जी। सो 14,000 वाला 3,300 दे विच मिलना है इस तरह के होर ये प्राइस है क्या तुसी इत्थों आके वड्डे फायदे लैके जा सकते हैं। असैसरी थानू उधर दिखाई सी कि ब्लैक दे विच आ गोल्ड दे विच भी असैसरी लगी हुई आ तुसी टॉवल टंगना उहदे लिए हैगी आ इत्थे बहुत सारे थानू मिलदे आ ऑटोमैटिक हैंड ड्रायर हैगे आ ए सोप वाले हैगे आ मतलब हर चीज़ां लग्जरी जिहड़ियां होटलां वालीआं चीज़ां तुसी अपने घरां दे विच लाउणीआं चाहुंदे आ इह थानू मिल जाणा। इहदा थानू लास्ट दिखाई सी आ 300 रुपए तों स्टार्ट रहिंदी मार्केट प्राइस यदा 600 रुपए है साढ़े को 300 रुपए तो स्टार्टिंग है उस तो बाद 380 या 400-480 रेंज पैंती तकरीबन कोई 550 की पैंती कोई 650 की पैंती मतलब काफ़ी रेंज है। तो अलावा भी साढ़े को मॉडल होर आए वो भी मैं तुम्हें दिखा दिना वीडियो काफ़ी अच्छे मॉडल आए ने यार जिदा कि तुम देख सकते साढ़े को स्केयर मॉडल आया एक है देखो डिजाइन बहुत सोहने सोहने है अपने को यह फुल ब्रास विच है देखो ਦਾ ਇਹ ਡਿਜ਼ਾਈਨ ਬਹੁਤ ਸੋਹਣਾ ਆਇਆ ਉੱਤੋਂ ਬਾਅਦ। ਭਾਜੀ ਮੈਨੂੰ ਇੱਕ ਗੱਲ ਦੱਸੋ ਇਹਨੂੰ ਜੰਗਾਲ ਜੰਗੂਲ ਤਾਂ ਨਹੀਂ ਲੱਗਦਾ? ਭਾਜੀ ਬਿਲਕੁਲ ਨਹੀਂ ਜੰਗਾਲ ਦੀ ਸਾਡੀ ਗਰੰਟੀ ਹੈ ਕੋਈ ਜੰਗਾਲ ਨਹੀਂ ਲੱਗੇਗਾ। ਜਿੱਦਾਂ ਹੁਣ ਆਹ ਰੇਂਜ ਨਵੀਂ ਆਈ ਸਾਡੇ ਕੋਲ ਤਕਰੀਬਨ ਇਹ ਵਾਲੇ ਡਿਜ਼ਾਈਨ ਨਵੇਂ ਆਏ ਹੈ ਆਹ ਦੇਖੋ ਕਾਫੀ ਮਾਡਲ ਸਾਡੇ ਕੋਲ ਰੇਂਜਾਂ ਨਾ ਨਵੀਆਂ ਆਈਆਂ ਕਾਫੀ ਆਹ ਦੇਖ ਸਕਦੇ ਤੁਸੀਂ ਜਿੱਦਾਂ ਇਹ ਡਿਜ਼ਾਈਨ ਆਇਆ ਨਵਾਂ ਸਾਡੇ ਕੋਲ ਜਿੱਦਾਂ ਰਾਊਂਡ ਸ਼ੇਪ 'ਚ। सो ये असी तुहानू सारी असैसरी दिखा रहे हैं बहुत सारे लोग अपने वाशरूम के भी पानी पुनी बाहर ना आवे नहाते समय आ जिहड़ा आ ग्लास भी यूज़ करते हैं ये भी ऑर्डर आया इसकी डिमांड कितनी की निकली? बिल्कुल भाजी बहुत असी ऑर्डर ये आप बहुत पीस सोल्ड किए हैं बहुत अच्छी डिमांड रही सानू इन्हां दी मतलब ये जी जी असैसरी हैगी आ ये कितना हैगी आ? ये भाजी असैसरी सारी अलग है असी उहदा डिस्पले किया है जो जो तुसीं कस्टमर नूं पसंद आ आपां असैसरी दईए इहदी नाल नाल जिद्दां हुण गोल्डन कॉर्नरस ने यह तो सैपरेट है सारा असैसरी सारी सैपरेट। सो ये जो जो है ना वाशरूम के लाने असैसरी लिए बड़ा सोहने ये मैं कहना जरूर नेड़े दिखा दो ग्लास के लैना स्टील के लैना गोल्ड के लैना सोप टंगण ले लैना यानी कि तुम्हें बॉडी वॉश हर एक तरह की असैसरी थोड़े साइज भी लग सकती है। भाई जिम्मे आ टैप है ये कि मॉडल्स आ किन्ने डिजाइन आ ये किन्ने तो शुरुआत आई है? इस साढ़े को काफ़ी मॉडल्स है देख सकते हो ਦਾ ਸਟਾਰਟਿੰਗ ਪ੍ਰਾਈਸ ਸਾਡਾ ਹੈਗਾ ਜੀ 1500 ਰੁਪਏ। ਇਹ ਡਬਲ ਮਿਕਸਚਰ ਹੁੰਦਾ ਗਰਮ ਪਾਣੀ ਠੰਡਾ ਪਾਣੀ ਦੋਨੇ ਹੁੰਦੇ ਇਹ ਸਾਰੇ ਡਬਲ ਮਿਕਸਚਰ ਲੱਗੇ ਹੋਏ ਆ 1500 ਸਟਾਰਟਿੰਗ ਉਸ ਤੋਂ ਬਾਅਦ 1900 ਦੀ ਰੇਂਜ ਕੋਈ 3800 ਦਾ ਅਲੱਗ ਅਲੱਗ ਪ੍ਰਾਈਜ਼ ਹੈ ਸਾਰਿਆਂ ਦੇ ਜੀ। ਮਿਕਸਚਰ ਨਵੇਂ ਆਏ ਬਿਲਕੁਲ ਲੇਟੈਸਟ ਮਾਡਲ ਜਿੱਦਾਂ 12 ਇੰਚੀ ਮਿਕਸਚਰ ਹੈ ਇਹ ਵੀ ਬਹੁਤ ਸੇਲ ਨਿਕਲ ਰਹੀ ਹੈ ਅੱਜ ਕੱਲ੍ਹ ਜੀ ਫੁੱਲ ਬਰਾਸ ਦੇ ਵਿੱਚ ਸਾਡੇ ਕੋਲ ਮਾਡਲਸ ਮਿਲਣਗੇ ਬਹੁਤ ਸੋਹਣੇ ਮਾਡਲ ਆਏ ਆ। ਸੋ ਬਾਕੀ ਅੱਜ ਅਸੀਂ ਪਹੁੰਚੇ ਸੀਗੇ ਗੁਰਮੀਤ ਟ੍ਰੇਡਿੰਗ ਕੰਪਨੀ ਤੁਹਾਨੂੰ ਮੈਂ ਫੇਰ ਰਿਪੀਟ ਕਰਦਾ ਤੁਹਾਡੇ ਨਵੇਂ ਘਰ ਬਣ ਰਹੇ ਆ ਫਲੈਟ ਬਣ ਰਹੇ ਆ ਤੁਹਾਡੇ ਆਫਿਸ ਬਣ ਰਹੇ ਆ ਸ਼ੋਰੂਮ ਬਣ ਰਹੇ ਆ ਤੁਸੀਂ ਜਲਦੀ ਜਲਦੀ ਇੱਥੇ ਆ ਜਾਓ ਜਿਹੜੇ ਇਹਨਾਂ ਦੇ ਪ੍ਰਾਈਜ਼ ਹੈਗੇ ਆ ਇਹ ਬੜੇ ਚੈਲੰਜ ਵਾਲੇ ਪ੍ਰਾਈਜ਼ ਹੈਗੇ ਆ ਹੋਰ ਕੋਈ ਵੀ ਜਲੰਧਰ ਦੇ ਵਿੱਚ ਕੀ ਪੰਜਾਬ ਦੇ ਵਿੱਚ ਇਹਨਾਂ ਦੇ ਪ੍ਰਾਈਜ਼ ਦਾ ਮੁਕਾਬਲਾ ਨਹੀਂ ਕਰ ਸਕਦਾ ਬੜੇ ਥੋੜੇ ਮਾਰਜਨ ਦੇ ਰਹੇ ਆ ਤੁਸੀਂ ਆਪਣੇ ਘਰਾਂ ਨੂੰ ਬਾਥਰੂਮਾਂ ਦੇ ਵਿੱਚ ਕਿਚਨਾਂ ਦੇ ਵਿੱਚ ਇਹ ਸਾਰਾ ਯੂਜ਼ ਕਰਨਾ ਸਮਾਨ ਤੁਸੀਂ ਥੋੜੇ ਪੈਸਿਆਂ 'ਚ ਲੈ ਕੇ ਜਾ ਸਕਦੇ ਆ। ਮੈਨੂੰ ਇੱਕ ਗੱਲ ਦੱਸੋ ਹੁਣ ਬਹੁਤ ਸਾਰੇ ਵੱਡੇ ਪੱਧਰ ਜਿਹੜੇ ਬਿਲਡਰਸ ਹੈਗੇ ਆ ਉਹ ਘਰ ਵੀ ਬਣਾ ਰਹੇ ਆ ਫਲੈਟ ਵੀ ਬਣਾ ਰਹੇ ਆ ਉਹਨਾਂ ਦਾ ਕਿੱਦਾਂ ਰਿਸਪੋਂਸ ਹੈ ਅਤੇ ਜਿਹੜਾ ਵੱਡੇ ਬਲਕ ਦੇ ਵਿੱਚ ਸਮਾਨ ਚੱਕਦਾ ਅਤੇ ਉਹਨਾਂ ਨੂੰ ਥੋੜ੍ਹਾ ਜਿਹਾ ਹੋਰ ਲੈਸ ਹੈਗੀ ਹੈ ਜਾਂ ਕਿੱਦਾਂ? ਬਿਲਕੁਲ ਭਾਅ ਜੀ ਬਿਲਕੁਲ ਜਿਹੜਾ ਸਾਡੇ ਕੋਲ ਕੁਆਂਟਿਟੀ ਜ਼ਿਆਦਾ ਚੱਕੇਗਾ ਨਾ ਇੱਦਾਂ ਸਪੋਜ਼ ਕਰੋ ਕੋਈ ਕਹਿੰਦਾ ਮੇਰੀ ਬਹੁਤ ਵੱਡੀ ਕੋਠੀ ਹੈ 20 ਬਾਥਰੂਮ ਆ ਜਿਹਦੇ ਜਾਂ ਬਿਲਡਰਸ ਨੇ ਕੋਈ ਸਾਨੂੰ ਉਹਨਾਂ ਨੂੰ ਅਸੀਂ ਸਪੈਸ਼ਲ ਜਿਵੇਂ ਹੋਟਲ ਬਣਦੇ ਆ ਜਾਂ ਆਪਾਂ ਸਪੈਸ਼ਲ ਡਿਸਕਾਊਂਟ ਕੁਛ ਵੀ ਕਰਾਂਗੇ ਜ਼ਰੂਰ ਉਹਨਾਂ ਨੂੰ। ਸਾਡੇ ਕੋਲ ਵਿਜ਼ਿਟਰ ਬਹੁਤ ਆਏ ਸਾਡੇ ਕੋਲ ਬਿਲਡਰਸ ਅਸੀਂ ਕਾਫੀ ਇਹਨਾਂ ਨੂੰ ਸਮਾਨ ਦਿੱਤਾ ਇਹ ਵੀ ਇੱਕ ਹੈਰਾਨੀ ਵਾਲੀ ਗੱਲ ਬਹੁਤ ਫਾਇਦਾ ਕਰਾਇਆ ਉਹਨਾਂ ਦਾ ਅਸੀਂ ਇਹ ਵੀ ਹੈਰਾਨੀ ਵਾਲੀ ਗੱਲ ਦੇਖੀ ਅਸੀਂ ਵੀ ਇਹ ਜਲੰਧਰ ਸ਼ਹਿਰ ਦੇ ਵਿੱਚ ਬੈਠੇ ਆ ਵੀ ਲੋਕ ਹਿਮਾਚਲ ਤੋਂ ਵੀ ਆਏ ਆ ਇਹ ਗੱਲਾਂ ਨਹੀਂ ਆ ਰਿਐਲਿਟੀ ਹੈਗੀ ਆ ਤੁਹਾਨੂੰ ਅਸੀਂ ਫੋਟੋਆਂ ਵੀ ਸ਼ੇਅਰ ਕਰਦੇ ਹਾਂ ਇੱਥੇ ਲੋਕ ਹਿਮਾਚਲ ਤੋਂ ਆਏ ਆ ਹਰਿਆਣੇ ਤੋਂ ਆਏ ਆ ਦੂਰੋਂ ਦੂਰੋਂ ਲੋਕ ਆਏ ਆ ਤਾਂ ਜਦੋਂ ਲੋਕਾਂ ਨਾਲ ਬਾਈ ਤੁਸੀਂ ਲੋਕਾਂ ਨਾਲ ਗੱਲ ਤਾਂ ਕਰਦੇ ਹੋਣੇ ਵੀ ਯਾਰ ਤੁਸੀਂ ਹਿਮਾਚਲ ਤੋਂ ਇੱਥੇ ਆ ਗਏ ਹੋ ਤਾਂ ਉਹਨੇ ਕਿਹਾ ਕੀ? ਬਿਲਕੁਲ ਭਾਅ ਜੀ ਇਹਦੇ ਉਹਨਾਂ ਨੂੰ ਬਹੁਤ ਕੁਝ ਪੁੱਛੀਦਾ ਕਿ ਤੁਸੀਂ ਇੰਨੀ ਦੂਰੋਂ ਛੱਡ ਕੇ ਆਪਣੇ ਘਰੋਂ ਨੇੜੇ ਤੁਹਾਡੀਆਂ ਇੰਨੀਆਂ ਸ਼ੌਪਸ ਹੈ ਅਤੇ ਇੱਥੇ ਸਾਡੇ ਕੋਲ ਆਏ ਹੋ। ਕਹਿੰਦੇ ਜੀ ਇੱਕ ਪਹਿਲੀ ਗੱਲ ਤਾਂ ਤੁਹਾਡੇ ਪ੍ਰਾਈਜ਼ ਬਹੁਤ ਰੀਜ਼ਨੇਬਲ ਨੇ ਉਸ ਤੋਂ ਬਾਅਦ ਤੁਹਾਡੀ ਡੀਲਿੰਗ ਬਹੁਤ ਵਧੀਆ ਲੱਗੀ ਕਸਟਮਰ ਨੂੰ ਬਹੁਤ ਅੱਛੀ ਲੱਗਦੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਸਾਡੀ ਡਿਸਪਲੇ ਬਹੁਤ ਅੱਛੀ ਲੱਗ ਰਹੀ ਸਭ ਤੋਂ ਪਹਿਲੀ ਗੱਲ ਤਾਂ ਡਿਸਪਲੇ ਕਰਕੇ ਸਾਡੇ ਕੋਲ ਕਸਟਮਰ ਬਹੁਤ ਅਟਰੈਕਟ ਹੋ ਰਿਹਾ
ਕਹਿੰਦੇ ਅਸੀਂ ਇਦਾਂ ਦੀ ਡਿਸਪਲੇ ਨਹੀਂ ਅਸੀਂ ਕਿਤੇ ਦੇਖੀ ਜਿੱਦੀ ਤੁਹਾਡੇ ਕੋਲ ਅੱਛੀ ਡਿਸਪਲੇ ਆ। ਸੋ ਲੋਕੀ ਇੱਥੇ ਖੁਸ਼ ਹੋ ਕੇ ਜਾਂਦੇ ਆ। ਜੇਕਰ ਤੁਸੀਂ ਆਪਣੇ ਘਰਾਂ ਦੇ ਭਾਵੇਂ ਤੁਹਾਡਾ 5 ਮਰਲੇ ਦਾ ਘਰ ਵੀ ਹੈਗਾ, ਤੁਸੀਂ 35-40 ਲੱਖ ਰੁਪਇਆ ਲਾਉਣੇ ਆ, ਪਰ ਤੁਹਾਡੇ ਵਾਸ਼ਰੂਮਾਂ 'ਚ ਅਸੈਸਰੀ ਚੰਗੀ ਨਹੀਂ ਲੱਗੀ ਤਾਂ ਤੁਹਾਡੇ ਸਾਰੇ ਪੈਸੇ ਲੱਗੇ, ਉਹ ਵੀ ਵੇਸਟ ਹੈਗੇ ਆ। ਕਿਉਂਕਿ ਘਰ ਤਾਂ ਉਹੀ ਚੰਗਾ ਜਿਹੜੀ ਕਿਚਨ ਵੀ ਚੰਗੀ ਆ, ਵਾਸ਼ਰੂਮ ਵੀ ਚੰਗਾ ਆ, ਲੋਬੀ ਵੀ ਚੰਗੀ ਆ, ਸਾਰਾ ਕੰਮ ਸੋਹਣਾ ਹੋਇਆ ਹੋਵੇ। ਦੂਜੀ ਗੱਲ ਜਿਹੜੀ ਇਸ ਗੱਲ ਦੀ ਅਸੀਂ ਕਮਿਟਮੈਂਟ ਕਰਦੇ ਹਾਂ, ਇੱਥੇ ਤੁਸੀਂ ਜਦੋਂ ਆਉਂਦੇ ਆ ਇਹ ਤੁਹਾਨੂੰ ਬ੍ਰੈਂਡਡ ਚੀਜ਼ਾਂ ਜਿਹੜੇ ਤੁਸੀਂ ਬਾਹਰੋਂ ਦੇਸੀ ਸਮਾਨ ਚੱਕ ਕੇ ਲੈਣੇ ਆ ਉਸ ਭਾਅ 'ਤੇ ਦੇ ਦਿੰਦੇ ਆ। 2-2 ਲੱਖ ਵਾਲੇ ਜਿਹੜੇ ਵਾਸ਼ਰੂਮ ਲਗਜ਼ਰੀ ਤਿਆਰ ਹੁੰਦੇ 50,000 ਰੁਪਏ 'ਚ ਕਰ ਦਿੰਦੇ ਆ। ਜਿਹੜਾ ਤੁਸੀਂ 50,000 ਦਾ ਸਮਾਨ ਬਾਹਰੋਂ ਲੈਣਾ ਇਹ 10-15,000 'ਚ ਦੇ ਦਿੰਦੇ ਆ। ਮਤਲਬ ਡਿਫਰੈਂਸ ਹੀ ਇੱਥੇ ਬਹੁਤ ਵੱਡਾ ਹੈਗਾ। ਤੁਸੀਂ ਸਾਡੇ 'ਤੇ ਟਰੱਸਟ ਕਰਕੇ ਇੱਥੇ ਆਓ, ਤੁਸੀਂ ਖੁਸ਼ ਹੋਵੋਗੇ, ਤੁਹਾਨੂੰ ਲੱਗੂਗਾ ਵੀ ਤੁਹਾਡਾ ਫਾਇਦਾ ਹੋਇਆ। ਇਸ ਦੁਕਾਨ ਦੇ ਵਿੱਚ ਕੁਆਲਿਟੀ, ਵਰਾਇਟੀ, ਬ੍ਰੈਂਡ ਬੇਸ਼ੁਮਾਰ, ਪਰ ਲੈਸ ਬਹੁਤ ਹੈਗੀ ਆ, ਟੌਪ ਕਲਾਸ। ਤੁਹਾਨੂੰ ਪੈਸੇ ਬਚਣੇ ਆ, 20 ਦਿਨਾਂ ਤੱਕ ਇੱਥੇ ਫਾਇਦੇ ਲੈ ਲਓ, ਉਦੋਂ ਬਾਅਦ ਪ੍ਰਾਈਜ਼ ਵੱਧ ਜਾਣੇ ਆ, ਤੁਹਾਡੇ ਹੋਰ ਪੈਸੇ ਖਰਾਬ ਹੋਣੇ ਆ।